ਪੰਧੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਅੱਜ ਅਸੀਂ ਜੈਂਤੀਪੁਰ ਦੇ ਨੇੜੇ ਪਿੰਡ ਮਰੜ ਦੇ ਵਿੱਚ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਆਗੂਆਂ ਨੇ ਸਾਂਝੀ ਮੀਟਿੰਗ ਕੀਤੀ ਆ ਜਿਹੜਾ 22 ਤਰੀਕ ਨੂੰ ਗੁਰਦਾਸਪੁਰ ਰੇਲ ਸਟੇਸ਼ਨ ਤੇ ਜਿਹੜਾ ਰੇਲਾਂ ਦਾ ਮੋਰਚਾ ਆਪਾਂ ਚਲਾਉਣਾ ਵਾ ਉਹਦੀ ਤਿਆਰੀ ਕਰ ਰਹੇ ਹਾਂ। ਅਸੀਂ ਅੱਜ ਪੂਰੇ ਸਾਰੇ ਮੀਡੀਆ ਰਾਹੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਜਿਹੜੀ ਉਸ ਦਿਨ ਬਟਾਲਾ ਰੇਲਵੇ ਸਟੇਸ਼ਨ ਤੇ IG ਬਾਰਡਰ ਜ਼ੋਨ ਨੇ ਲਗਭਗ ਕਹਿ ਲਓ 30 ਜਨਵਰੀ ਨੂੰ ਸਾਡੇ ਨਾਲ ਕਮਿਟਮੈਂਟ ਕੀਤੀ ਸੀ ਵੀ ਜਿਹੜੀ ਭਾਰਤਮਾਲਾ ਯੋਜਨਾ ਤਹਿਤ ਸੜਕਾਂ ਨਿਕਲ ਰਹੀਆਂ ਉਹਨਾਂ ਦਾ ਸਾਰਿਆਂ ਦਾ ਮੁਆਵਜ਼ਾ ਅਸੀਂ 15 ਫਰਵਰੀ ਤੱਕ ਅਵਾਰਡ ਕਰਕੇ ਦੇ ਦੇਵਾਂਗੇ। ਗੰਨੇ ਦਾ ਬਕਾਇਆ ਸਾਰਾ ਦਿੱਤਾ ਜਾਊਗਾ। ਇਸੇ ਤਰ੍ਹਾਂ ਸ਼ਹੀਦਪੁਰ ਵਾਲਿਆਂ ਦੀਆਂ ਨੌਕਰੀਆਂ ਜਾਂ ਹੋਰ ਪੋਲੂਸ਼ਨ ਨਾਲ ਜੁੜੇ ਹੋਏ ਮਸਲੇ ਸੀਗੇ ਉਹ ਹੱਲ ਕਰ ਦਿੱਤੇ ਜਾਣਗੇ, ਪਰ ਅਜੇ ਤੱਕ ਉਹਨਾਂ ਦਾ ਨਿਪਟਾਰਾ ਨਹੀਂ ਹੋਇਆ ਹੈਗਾ। ਔਰ ਤੁਸੀਂ ਵੇਖੋ ਕੀੜੀ ਮਿੱਲ ਜਿਹੜੀ ਆ 177 ਕਰੋੜ ਰੁਪਈਆ ਕੀੜੀ ਮਿੱਲ ਦਾ ਬਕਾਇਆ ਖੜ੍ਹਾ ਹੈਗਾ। ਇਸੇ ਤਰ੍ਹਾਂ ਮੁਕੇਰੀਏ ਦਾ 141 ਕਰੋੜ ਰੁਪਈਆ ਬਕਾਇਆ ਖੜ੍ਹ ਗਿਆ ਹੈਗਾ। ਇਸੇ ਤਰੀਕੇ ਨਾਲ ਪਨਿਆੜ ਦਾ ਜਾਂ ਬਟਾਲਾ ਮਿੱਲ ਦੇ ਵੱਡੇ ਪੱਧਰ 'ਤੇ ਜਾਂ ਬੁੱਟਰ ਮਿੱਲ ਦੇ ਬਕਾਏ ਖੜ੍ਹੇ ਹੈਗੇ ਆ। ਸੋ ਗੰਨੇ ਦੇ ਬਕਾਏ ਵੀ ਅਸੀਂ ਲੈਣੇ ਆ ਅਤੇ ਬਾਕੀ ਮਸਲੇ ਵੀ ਹੱਲ ਕਰਾਉਣੇ। ਇਹਦੇ ਨਾਲ ਦੀ ਨਾਲ ਨਸ਼ਿਆਂ ਦੀ ਮਾਰ 'ਚ ਆ ਪੂਰਾ ਪੰਜਾਬ, ਬੇਰੁਜ਼ਗਾਰੀ ਸਿਖਰਾਂ ਛੂ ਰਹੀ ਆ, ਪ੍ਰਦੂਸ਼ਣ ਵਾਲਾ ਮੁੱਦਾ ਲਗਾਤਾਰ ਹਸਵੇਂ ਮਮੂਲ ਸਾਡਾ ਜਾਰੀ ਹੈਗਾ। ਤੋ ਇਹਨਾਂ ਮੰਗਾਂ ਮਸਲਿਆਂ ਨੂੰ ਲੈ ਕੇ ਜਿਹੜਾ ਵਾ ਹੁਣ ਅਸੀਂ ਗੁਰਦਾਸਪੁਰ ਰੇਲ ਰੋਕੋ ਕਰਾਂਗੇ। ਅਸੀਂ ਚਾਹੁੰਦੇ ਹਾਂ ਵੀ ਇਹ ਅਸੀਂ ਰੇਲਾਂ ਨਾ ਜਾਮ ਕਰੀਏ ਅਤੇ ਮੁੱਦਾ ਹੱਲ ਹੋ ਜਾਵੇ, ਪਰ ਸਰਕਾਰ ਦਾ ਅਰੀਅੜ ਰਵੱਈਆ ਜਿਹੜਾ ਵਾ ਉਹ ਜਿਹੜਾ ਵਾ ਸਾਨੂੰ ਨਹੀਂ ਲੱਗਦਾ ਮਸਲੇ ਹੱਲ ਕਰੂਗਾ। ਸਾਡੀ ਇਹ ਵੀਡੀਓ ਸਾਰੇ ਪੰਜਾਬ 'ਚ ਜਾਣੀ ਆ, ਸਾਰੇ ਮੀਡੀਆ ਨੂੰ ਜਾਰੀ ਕਰਨੀ ਆ, ਮੁੱਖ ਮੰਤਰੀ ਸਾਹਿਬ ਖੁਦ ਧਿਆਨ ਦੇਣ ਅਤੇ ਮਸਲਿਆਂ ਦਾ ਹੱਲ ਕਰਾਉਣ। ਨਹੀਂ ਤਾਂ ਫਿਰ ਜੇ ਰੇਲਾਂ ਰੁਕਦੀਆਂ ਨੇ ਉੱਥੇ ਲੋਕਾਂ ਨੂੰ ਕੋਈ ਪਰੇਸ਼ਾਨੀ ਆਉਂਦੀ ਆ ਤਾਂ ਉਹਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਊ, ਨਾ ਕਿ ਕਿਸਾਨ ਜ਼ਿੰਮੇਵਾਰ ਹੋਣਗੇ। ਧੰਨਵਾਦ।